ਅਸਲਾਮ ਵਾਲੇਕਮ ਵੀਰ ਵੀਰ ਮੈਂ ਹਾਂ ਯਾਸਰ ਸੰਧੂ ਤੁਸੀਂ ਮੇਰਾ ਚੈਨਲ ਵੇਖ ਰਹੇ ਹੋ ਟਰੈਕਟਰ ਜ਼ੋਨ YouTube ਚੈਨਲ ਅਤੇ Facebook ਪੇਜ ਇਹ ਬੜਾ ਟਰੈਕਟਰ ਦੋਸਤਾਂ ਦਾ ਉਹ ਦੋਸਤ ਜਿਹੜੇ ਮੇਰੇ ਨਾਲ ਪੁਰਾਣੇ ਇਸ ਤਕਰੀਬਨ 7 8 9 ਸਾਲ ਤੋਂ ਦੇਖਣ ਵਾਲੇ ਨੇ ਖਾਸ ਕਰ ਉਹਨਾਂ ਨੂੰ ਇਸ ਟਰੈਕਟਰ ਦਾ ਪਤਾ ਹੋਣਾ 2017 ਦਾ ਇਹ ਮਾਡਲ ਆ ਮੈਸੀ ਤੇ ਭਾਈ ਅਜ਼ੀਮ ਲਾਈ ਦਾ ਇਹ ਟਰੈਕਟਰ ਆ ਇਹ ਟਰੈਕਟਰ 2017 ਦੇ ਵਿੱਚ ਭਾਈ ਅਜ਼ੀਮ ਲਾਈ ਨੇ ਖਰੀਦਿਆ ਸੀਗਾ ਉਸ ਤੋਂ ਬਾਅਦ ਕਰੀਬ 2019 ਜਾਂ 20 ਜਾਂ ਗਾਲਬਨ 21 ਦੇ ਵਿੱਚ ਇਹ ਟਰੈਕਟਰ ਜਿਹੜਾ ਆ ਉਸ ਤੋਂ ਬਾਅਦ ਸੇਲ ਕੀਤਾ ਸੀ ਭਾਈ ਆਮਰ ਗੁਜਰ ਸਾਹਿਬ ਕੋਲ ਟਰੈਕਟਰ ਗਿਆ ਸੀ ਇਹ ਉਸ ਤੋਂ ਬਾਅਦ ਦੁਬਾਰਾ ਇਹ ਟਰੈਕਟਰ ਹੁਣ ਆਪਾਂ ਵਾਪਸ ਲਿਆਂਦਾ ਆ तकरीबन ਇਹਨੂੰ ਹੋ ਗਏ ਨੇ ਅੱਜ 4 ਤੋਂ 5 ਦਿਨ ਜੀ ਦੋਸਤੋ 2017 ਦੇ ਵਿੱਚ ਦੋਸਤੋ ਸਭ ਤੋਂ ਪਹਿਲਾ ਟਰੈਕਟਰ ਇਹ ਬਲੈਕ ਕਲਰ ਕੀਤਾ ਗਿਆ ਉਸ ਤੋਂ ਬਾਅਦ 2017 ਦੇ ਵਿੱਚ ਹੀ तकरीबन ਐਂਡ ਤੇ ਜਾ ਕੇ ਟਰੈਕਟਰ ਮੇਰੇ ਇੱਥੇ ਚੜਿਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਲਿਆ ਉਸ ਤੋਂ ਬਾਅਦ ਕਾਫੀ ਸਾਰੇ ਟਰੈਕਟਰਾਂ ਦੇ ਲੋਕਾਂ ਨੇ ਸ਼ੌਕ ਕੀਤੇ ਜਿਹੜੇ ਸਾਨੂੰ ਵੀ ਪਸੰਦ ਆਇਆ ਸਾਨੂੰ ਚੰਗਾ ਵੀ ਲੱਗਾ ਲੋਕਾਂ ਨੇ ਕਲਰ ਕੀਤੇ ਬਹੁਤ ਸਾਰੀਆਂ ਕੰਪਨੀਆਂ ਨੇ ਵੀ ਚੁਆਇਸ ਕਲਰ ਦਿੱਤੇ ਉਹਦਾ ਨਾ ਬੈਨੀਫਿਟ ਇਹ ਹੋ ਗਿਆ ਵੀ ਹਰ ਬੰਦੇ ਨੂੰ ਆਪਣੀ ਚੁਆਇਸ ਦਾ ਕਲਰ ਮਿਲ ਗਿਆ ਉਹ ਵੱਡੀ ਇੱਕ ਖੁਸ਼ੀ ਵਾਲੀ ਗੱਲ ਸੀਗੀ ਮਾਰਕੀਟ ਦੇ ਵਿੱਚ ਰੰਗ-ਬਰੰਗੇ ਟਰੈਕਟਰ ਤੁਰੇ ਫਿਰਨ ਤੇ ਉਹ ਮਜ਼ਾ ਆਉਂਦਾ ਦੇਖਣ ਨੂੰ ਵੀ ਅੱਛੇ ਲੱਗਦੇ ਰੇ ਵਰਨਾ ਆਪਾਂ ਨੂੰ ਇੱਕ ਹੀ ਕਲਰ ਦੇਖਣ ਨੂੰ ਮਿਲਦਾ ਸੀ ਫੀਜਰਡ ਦਾ ਕਲਰ ਸੀ ਜਾਂ ਮੈਸੀ ਦਾ ਕਲਰ ਸੀ ਦੋ ਹੀ ਕਲਰ ਦੇਖਣ ਨੂੰ ਮਿਲਦੇ ਸੀ ਬਹਰਾਲ ਉਥੋਂ ਇੱਕ ਟ੍ਰੈਂਡ ਬਣਿਆ ਹੁਣ ਮੈਂ ਤੁਹਾਨੂੰ ਨਾਲ-ਨਾਲ ਟਰੈਕਟਰ ਜਿਹੜਾ ਹੈ ਉਹ ਦਿਖਾਉਂਦਾ ਵੀ ਆਂ ਔਰ ਕਿਦਾਂ-ਕਿਦਾਂ ਵਾਪਸ ਆਇਆ ਔਰ ਕੀ ਤਰੀਕਾ ਕਰ ਔਰ ਦੁਬਾਰਾ ਇਹਨੂੰ ਫਿਰ ਕਿਸ ਤਰੀਕੇ ਅਸੀਂ ਇਹਨੂੰ ਓਕੇ ਕੀਤਾ ਉਹ ਫਿਰ ਤੁਹਾਡਾ ਟਾਈਮ ਦੀ ਬਚਤ ਵੀ ਹੋ ਜਾਏਗੀ ਨਾਲ-ਨਾਲ ਗੱਲਬਾਤ ਵੀ ਹੁੰਦੀ ਰਹੇਗੀ ਤੇ ਟਰੈ 2000 تقریبا 20 ਦੇ ਵਿੱਚ ਜਾਂ 19 ਜਾਂ 20 ਦੇ ਵਿੱਚ تقریبا ਨੇ ਟਰੈਕਟਰ ਸੇਲ ਕੀਤਾ ਗਿਆ ਉਸ ਤੋਂ ਬਾਅਦ ਅਮਰ ਗੁੱਜਰ ਸਾਹਿਬ ਨੂੰ ਟਰੈਕਟਰ ਸੇਲ ਹੋਇਆ ਸੀ ਅਸੀਂ ਦੁਬਾਰਾ ਵਾਪਸ ਬਹੁਤ ਜਨਾਬ ਉਹਨਾਂ ਨੂੰ ਰਿਕੁਐਸਟ ਕਰਕੇ ਗੁਜ਼ਾਰਿਸ਼ ਕਰਕੇ ਟਰੈਕਟਰ ਵਾਪਸ ਲਿਆ ਗਿਆ ਤੇ ਵਾਪਸ ਲਿਆ ਕੇ ਇਹਨੂੰ 2 ਤੋਂ 3 ਦਿਨ ਵਾਪਸ ਲਿਆ ਆਂਦੇ ਨੂੰ ਹੋ ਗਏ ਨੇ ਇਸ ਟਰੈਕਟਰ ਦੇ ਉੱਤੇ ਦੁਬਾਰਾ ਨਈਂ ਸ਼ੋਰ ਰੱਖ ਕੇ ਕਿਉਂਕਿ ਅਗਲੀ ਸ਼ੋਰ ਡੈਮੇਜ ਸੀਗੀ ਖਰਾਸ਼ਾਂ ਬਹੁਤ ਸੀਗੀਆਂ ਤਾਂ ਬਲੈਕ ਕਲਰ ਜਿਹੜਾ ਇਹ ਪੁਰਾਣੀ ਸ਼ੋਰ ਦੇ ਉੱਤੇ ਨਹੀਂ ਚੱਲਦਾ ਤਾਂ ਇਹਦੇ ਉੱਤੇ ਨਵੀਂ ਸ਼ੋ ਰੱਖੀ ਗਈ ਔਰ ਉਹਨੂੰ ਬਲੈਕ ਕਲਰ ਦੁਬਾਰਾ ਅਸੀਂ ਕੀਤਾ ਇਹਦੇ ਵੇਟਾਂ ਨੂੰ ਗੋਲਡਨ ਕਰ ਦਿੱਤਾ ਗਿਆ ਜਨਰਲ ਦਾ ਟਾਇਰ ਉਸ ਵਕਤ ਇਹਨੂੰ ਆਇਆ ਸੀ ਪਿੱਛੇ ਵੀ ਤੇ ਅੱਗੇ ਵੀ ਤੇ ਆਪਣੇ ਜੈਨੂਨ ਟਾਇਰਾਂ ਦੇ ਵਿੱਚ ਖੜੋਤਾ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਕਿੰਨੀ ਪਈ ਕਿੰਨੇ ਟਾਇਰ ਪਏ ਨੇ ਵੀ ਇੱਥੋਂ ਅੰਦਾਜ਼ਾ ਲਗਾ ਲਓ ਵੀ ਇਹ ਕਿੰਨਾ ਫਰੈਸ਼ ਟਰੈਕਟਰ ਪਿਆ ਹੋਊਗਾ ਉਸ ਵਕਤ ਵੇਚਣ ਦੀ ਕੋਈ ਖਾਸ ਵਜ੍ਹਾ ਨਹੀਂ ਸੀਗੀ ਉਹਨਾਂ ਦਾ ਵੀ ਸ਼ੌਕ ਸੀਗਾ ਤੇ ਬਾਸ ਐਵੇਂ ਬਾਹਰ ਇਦਾਂ ਜਿਦਾਂ ਹੋਣ ਖੜੋਤਾ ਹੈ ਉਹਨਾਂ ਨੇ ਦੇਖਿਆ ਉਹਨਾਂ ਨੂੰ ਪਸੰਦ ਆਇਆ ਤੇ ਉਹ ਲੈ ਗਏ ਪੈਸੇ ਭਰ ਕੇ ਲੈ ਗਏ ਤੇ ਉਸ ਤੋਂ ਬਾਅਦ ਦੁਬ ਕਈ ਦੋਸਤ ਇਹ ਸ਼ਾਇਦ ਇਸ ਗੱਲ ਨੂੰ ਸਮਝਣ ਕੇ ਪਤਾ ਨਹੀਂ عجیب ਵੀ ਸਮਝਣ ਕਿ ਜਿੰਨੇ ਦਾ ਇੱਕ ਅੱਛਾ 640 ਮਿਲ ਜਾਂਦਾ ਜਾਂ ਅੱਛਾ ਮੈਸੀ ਦਾ ਕੋਈ ਵੀ ਆਪਣਾ 260 ਗਾਜ਼ੀ ਵਗੈਰਾ ਮਿਲ ਜਾਂਦਾ ਜਾਂ ਯੂਜ਼ ਦੇ ਵਿੱਚ 640 ਜਾਂ ਇਸ ਤਰ੍ਹਾਂ ਕੋਈ ਵੀ ਯਾਨੀ ਜਿਹੜਾ ਅੱਛੇ ਪੈਸਿਆਂ ਦਾ ਟਰੈਕਟਰ ਜਿਹਦੀ ਮਾਊਂਟ ਮੈਂ ਵਾਜ਼ੀਆ ਨਹੀਂ ਕਰਦਾ ਬਟ ਅੱਛੇ ਪੈਸੇ ਵੱਧ ਭਰ ਕੇ ਅੱਛੇ ਖਾਸੇ ਉਹਨਾਂ ਦੇ ਪੈਸੇ ਪਰੰਦੀ ਦੋ ਵਜੂਹਾਂ ਹੱਤ ਸੀਗੀਆਂ ਇੱਕ ਤਾਂ ਨੰਬਰ 1 ਸਾਡਾ ਸ਼ੌਂਕ ਸੀਗਾ ਕਿ ਇਹ ਅਸੀਂ ਆਪਣੇ ਸ਼ੌਕ ਤੋਂ ਜਿਹੜਾ ਇਹਨੂੰ ਵਾਪਸ ਲਿਆਉਣਾ ਚਾਹੁੰਦੇ ਸੀ ਤਾਂ ਅਸਾਂ ਵਾਪਸ ਲੈ ਆਂਦਾ ਤਾਂ ਨੰਬਰ 2 ਕਿ ਇਸ ਦੌਰਾਨ ਟਰੈਕਟਰ ਦੀਆਂ ਅੱਛੀਆਂ ਖਾਸੀਆਂ ਕੀਮਤਾਂ ਵਧ ਗਈਆਂ ਤਾਂ ਜਿari ਬਾਤ ਹੈ ਜਿਨ੍ਹਾਂ ਦੇ ਕੋਲ ਸੀਗਾ ਉਹਨਾਂ ਨੇ ਸਾਨੂੰ ਉਨੀ ਕੀਮਤ ਦਾ ਵਾਪਸ ਨਹੀਂ ਸੀ ਨਾ ਕਰਨਾ ਤਾਂ ਉਹਨਾਂ ਨੇ ਫਿਰ ਬੇਸ਼ੱਕ ਉਹਨਾਂ ਨਾਲ ਸਲਾਮ ਅਲੈਕੀ ਵੀ ਸੀਗੀ ਲੇਕਿਨ ਉਹਨਾਂ ਨੂੰ ਅੱਛੀ ਖਾਸੀਅਤ ਦੀ ਅਮਾਉਂਟ ਜਿਹੜੀ ਵੀ ਇਹਦੀ ਬਣਦੀ ਸੀ ਉਹਦਾ ਕਰਕੇ ਇਹਨੂੰ ਵਾਪਸ ਲਿਆਂਦਾ ਗਿਆ ਇਹਨੂੰ ਕਲਰ ਦੇ ਨਾਲ ਨਾਲ ਇਹਦੇ ਬੰਪਰ ਨੂੰ ਜਿਹੜਾ ਹੈ ਉਹਦੇ ਅੰਦਰ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਚੀਜ਼ਾਂ ਇਹਦੇ ਵਿੱਚ ਤਬਦੀਲ ਕਰ ਦਿੱਤੀਆਂ ਮੈਂ ਤੈਨੂੰ ਅਰਾਊਂਡ ਤਾਂ ਕਰਵਾਉਂਦਾ ਪਿਆ ਜਿਹੜੇ ਸਾਡੇ ਪੁਰਾਣੇ ਵੀਵਰ ਨੇ ਪੁਰਾਣੇ ਜਾਣਨ ਵਾਲੇ ਨੇ ਦੇਖਣ ਵਾਲੇ ਨੇ ਸਾਨੂੰ ਉਹ ਇਸ ਟਰੈਕਟਰ ਤੋਂ ਖੂਬ ਵਾਕਿਫ ਨੇ ਇਹਦੇ ਬੰਪਰ ਦੇ ਅੰਦਰ ਕੁਝ ਤਬਦੀਲੀਆਂ ਕੀਤੀਆਂ ਗਈਆਂ ਇਹਦੇ ਹਲੇ مزید ਇਸ ਟਰੈਕਟਰ ਨੂੰ ਕੰਪਲੀਟ ਕਰਨ ਵਾਲਾ ਹੀ ਰਹਿੰਦਾ ਹੈ ਤੇ ਲਾਈਟਾਂ ਜਿਹੜੀਆਂ ਆਲਰੇਡੀ ਮੈਂ ਤੈਨੂੰ ਦਿਖਾ ਦੇਣਾ ਚਲਾ ਕੇ ਵੀ ਅੱਛਾ ਜੀ ਇਹਦੇ ਅੰਦਰ ਜਨਾਬ ਐਲਈਡੀ ਲਾਈਟਾਂ ਲਗਾਈਆਂ ਗਈਆਂ ਇਹ ਹੋ ਇਲਾਹੀ ਜਿਹੜਾ ਲਿਖਿਆ ਗਿਆ ਇਲਾਹੀ ਫਾਰਮ ਇਨਾ ਦਾ ਫਾਰਮ ਹੈ ਭਾਈ ਜ਼ਿਲਮਲਾਹੀ ਸਾਹਿਬ ਦਾ ਇਲਾਹੀ ਫਾਰਮ ਦੇ ਨਾਮ ਤੋਂ ਹੌ ਤਾਂ ਲਿਖਦਾ ਗਿਆ ਕਿ ਸਾਡੇ ਨਹੀਂ ਭਾਈ ਜਿਹੜੇ ਨੇ ਪਬਜੀ ਗੇਮ ਦੇ ਬੜੇ ਅੱਛੇ ਪਲੇਅਰ ਵੀ ਨੇ ਤੇ ਬੜਾ ਅੱਛਾ ਪਸੰਦ ਕਰਦੇ ਆ ਗੇਮ ਵਗੈਰਾ ਖੇਡ ਲੈਂਦੇ ਨੇ ਤਾਂ ਉਹਨਾਂ ਦੀ ਬਹੁਤ ਅੱਛੀ ਔਰ ਤਗੜੀ ਆਈਡੀ ਹੈ ਤੇ ਜਿਹੜੇ ਪਬਜੀ ਖੇਡਦੇ ਤਾਂ ਉਹਨਾਂ ਨੂੰ ਪਤਾ ਹੋਣਾ ਕਿ ਉਸ ਆਈਡੀ ਦੀ ਕੀ ਵੈਲਿਊ ਹੈ ਹੌ 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 ਦੇ ਨਾਮ ਤੋਂ ਹੌ ਇਲਾਹੀ ਦੇ ਨਾਮ ਤੋਂ ਇਹਨਾਂ ਦੀ ਟਿਕਟੋਕ ਆਈਡੀ ਹੈ ਔਰ ਗੇਮ ਖੇਡਦੇ ਨੇ ਉਹਦੇ ਉੱਤੇ ਅਕਸਰ ਔਕਾਤ ਅਪਲੋਡ ਕਰ ਦਿੰਦੇ ਆ ਆਪਣੀ ਗੇਮਿੰਗ ਦੀਆਂ ਵੀਡੀਓ ਬਾਕੀ LED ਔਰ ਰਿੰਗ ਲਾਈਟਸ ਔਰ ਇਨਨੂੰ ਬੰਦੀ ਕਰ ਦਿੰਨੇ ਆ ਫਾਇਦਾ ਕੋਈ ਨਹੀਂ ਡੇ ਟਾਈਮ ਖੈਰ ਤੇ ਠੀਕ ਹੈ ਜੀ ਅੱਛਾ ਵੇਟਾਂ ਨੂੰ ਜਨਾਬ ਜਿਹੜਾ ਦੁਬਾਰਾ ਫਿਰ ਵਾਪਸ 골ਡਨ ਕਰ ਦਿੱਤਾ ਗਿਆ ਇਸ ਵਾਰੀ ਇਹਨੂੰ ਤੁਸੀਂ 골ਡਨ ਜਾਂ ਵਿੱਚ ਗ੍ਰੀਨ ਮਿਕਸ ਹੋਇਆ ਵਾ ਤੁਸੀਂ ਇਹਨੂੰ ਕੋਈ ਵੀ ਜਿਹੜਾ ਤੁਹਾਨੂੰ ਕਲਰ ਸਮਝ ਆਵੇ ਉਹ ਕਹਿ ਸਕਦੇ ਹੋ ਹੁਣ ਬੀਓਵਰਲ ਟਰੈਕਟਰ ਦੀ ਪੇਂਟ ਕੁਆਲਿਟੀ ਦੇਖ ਲਓ ਟਰੈਕਟਰ ਦੇ ਵਿੱਚ ਤੱਕ ਤਾਂ ਥੱਲੋਂ ਰੰਗ ਕਿੰਨਾ ਪਿਆ ਆ ਅਗਲੀ ਗੱਲ ਆ ਗਈ ਟਾਇਰਾਂ ਦੀ ਤੇ ਟਾਇਰ ਦੇਖ ਲਓ ਉਸ ਵਕਤ ਜਨਰਲ ਦਾ ਟਾਇਰ ਤੇ ਅੱਜ ਦੇ ਜਨਰਲ ਦੇ ਟਾਇਰ ਚ ਕਿੰਨਾ ਫਰਕ ਆ ਠੀਕ ਹੈ ਉਸ ਵਕਤ ਕਿਡਾ ਉੱਚਾ ਟਾਇਰ ਜਨਰਲ ਦਾ ਆਉਂਦਾ ਹੁੰਦਾ ਸੀ ਸਟੈਂਡਰਡ ਆਇਨ ਪੰਪ ਹੋਣ ਦੀ ਇਹਦੀ ਵਜ੍ਹਾ ਕਰਕੇ ਇਹ ਸਾਨੂੰ ਜ਼ਿਆਦਾ ਪਸੰਦ ਸੀਗਾ ਠੀਕ ਹੈ ਇਹ ਟਰੈਕਟਰ ਦੀ ਲੋਕੇਸ਼ਨ ਆ ਟਰੈਕਟਰ ਜਿਹੜਾ ਹੈ ਡੈਸ਼ਬੋਰਡ ਤੇ ਅਸੀਂ ਥੋੜਾ ਜਿਹਾ ਕੰਮ ਕੀਤਾ ਹੈ ਪਿਛਲੇ ਦਿਨ ਮੈਂ ਤੁਹਾਨੂੰ ਟਿਕਟੋਕ ਵੀ ਪਾਈ ਸੀਗੀ ਠੀਕ ਹੈ ਇਹਦਾ ਡੈਸ਼ਬੋਰਡ ਵੀ ਆਪਾਂ ਉਹ ਜਿਹੜਾ ਪਹਿਲੇ ਬਲੈਕ 4x4 ਕੀਤਾ ਉਹਦੇ ਤਰ੍ਹਾਂ ਬਣਾਇਆ ਤੇ ਇਹਦੇ ਅੰਦਰ ਮੈਂ ਥੋੜੀਆਂ ਜਿਹੀਆਂ ਇਸ ਵਾਰੀ ਤਬਦੀਲੀਆਂ ਕਰਾਈਆਂ ਇਹਦੇ ਉੱਤੇ ਮੈਂ ਆ ਇਹ ਦੇਖੋ ਕਿੱਥਾ ਹੈ ਕਿਸੀਆਂ ਲੱਗੀਆਂ ਤੁਹਾਨੂੰ ਇਹ 34 ਮੀਟਰਾਂ ਦੇ ਉੱਤੇ ਇਹ ਇਹ ਪਰਵਟੇ ਜਿਹਾ ਅਸੀਂ ਬਣਾ ਦਿੱਤੇ ਹੈ ਉੱਪਰੋਂ ਟਰੈਕਟਰ ਦੀ ਸ਼ੋਅ ਚੈੱਕ ਕਰ ਲੋ ਲੋਕੇਸ਼ਨ ਛੋਟਾ ਇਹਨੂੰ ਸਟੀering ਪਾ ਦਿੱਤਾ ਅਸੀਂ 17 ਦੇ ਵਿੱਚ ਵੱਡਾ ਸਟੀering ਆਇਆ ਸੀਗਾ ਟਰੈਕਟਰ ਨੂੰ ਨਾ 2021 ਦੇ ਵਿੱਚ ਇਹਨੂੰ ਸੇਲ ਕੀਤਾ ਸੀਗਾ ਤੇ 17.5 ਲੱਖ ਰੁਪਏ ਦਾ ਗਿੱਦਾ ਸੀ ਵੇਟ ਬੰਪਰ ਤੇ ਲਾਈਟਾਂ ਲੱਗੀਆਂ ਹੋਈਆਂ ਸਨ ਇਹ ਸਾਰੇ ਸਮਾਨ ਦੇ ਨਾਲ ਦਿੱਤਾ ਸੀ ਅੱਜ ਵਾਪਸ ਲਿਆ ਆ ਤੇ ਅੰਨੇ ਵਾਹ ਇਹਦੇ ਵੱਧ ਪੈਸੇ ਭਰ ਕੇ ਵਾਪਸ ਲੈਣਾ ਪਿਆ ਹੈ ਤੇ ਵਜੂਆਦ ਜਿਹੜੀਆਂ ਦੋਸਗੀਆਂ ਤੁਹਾਨੂੰ ਅੱਗੇ ਦੱਸ ਦਿੱਤੀਆਂ ਕਿ ਕਿਸ ਵਜ੍ਹਾ ਤੋਂ ਵੱਧ ਭਰ ਕੇ ਇਹਨੂੰ ਵਾਪਸ ਲਿਆ ਐਸਿਕਾ ਛੋਟਾ ਜਿਹਾ ਰਾਉਂਡ ਜਿਹੜੀਆਂ ਦੇ ਵਿੱਚ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸ ਦਿੱਤੀਆਂ ਕਿ ਕਦੋਂ ਗਿਆ ਕਿੱਦਾਂ ਵਾਪਸ ਆਇਆ ਕਿੱਦਾਂ ਦੁਬਾਰਾ ਪੇਂਟ ਹੋਇਆ ਦੁਬਾਰਾ ਤਿਆਰ ਹੋਇਆ ਠੀਕ ਐ ਤੇ ਜਿਹੜੀ ਚੀਜ਼ ਦਾ ਸ਼ੌਂਕ ਹੋਵੇ ਜਿੱਥੇ ਦੀ ਬੰਦੇ ਨੂੰ ਬਹੁਤਾ ਪਸੰਦ ਹੋਵੇ ਜਿਹੜੀ ਸ਼ੈ ਉਹ ਕਿੱਦਾਂ ਵਾਪਸ ਆ ਜਾਂਦੀ ਹੈ ਦੁਬਾਰਾ ਤੇ ਕੋਈ ਵੀ ਚੀਜ਼ ਜਿਹਨੂੰ ਸੱਚੇ ਦਿਲ ਤੋਂ ਜਾਂ ਮੁਹੱਬਤ ਤੋਂ ਚਾਹੀ ਜਾਵੇ ਉਦੋਂ ਉਹ ਕੰਮ ਬੰਦੇ ਦਾ ਹੋ ਵੀ ਜਾਂਦਾ ਤੇ ਇਹ ਹੁਣ ਓਵਰਾਲ ਲੁੱਕ ਐ ਦੀ ਕਾਨੂੰ ਮਜ਼ੀਰੇ ਦਾ ਹੁਣ ਮੈਂ ਸਾਊਂਡ ਚੈੱਕ ਕਰਾ ਦਿੰਦਾ ਤੇ ਅੱਗੇ ਪਿੱਛੇ ਤੋਰ ਕੇ ਵੀ ਚੈੱਕ ਕਰਵਾ ਦਿੰਦਾ ਚਲੋ ਸਾਡਾ